श्री वाहेगुरु जी का खालसा, श्री वाहेगुरु जी की फतेह। पिंड किला हकीमा जिला संगरूर तो एक लोड़वंद वीर जिसकी एक एक्सीडेंट में लत कटी गई थी, उसने श्री गुरु नानक देव जी सरबत्ता भला चैरिटी ट्रस्ट इटली को मदद की गुहार लाई थी। ट्रस्ट के वीर वालों उसनों एक जूस का काम खोल के दिता गया। लो जी, असी वीर का जूस कॉर्नर टेंपू च लगन लगे हाँ। ये सेवा उस परिवार ले लाई गई है जिस परिवार के मुखिए की अचानक एक एक्सीडेंट में लत कटनी पई। पांच जीआं दा ढिड भन्न वाला जब आप बैठ ते जा पिया तो परिवार बहुत मुसीबत में आ गया। कोई हिला ना हुंदा देख परिवार ने श्री गुरु नानक देव जी ट्रस्ट इटली वाले वीरां कोल मदद लई गुहार लाई। ट्रस्ट के वीरां वालों इंडिया वाले वीरां नाल सलाह करके परिवार नूं जूस का कम खोल के दिता। इस सारे कार्ज नूं संपन्न किया इंडिया संगरूर शहर तो साढ़े ट्रस्ट के बहुत ही सेवा भावना वाले वीर जशपाल वीर जी और उन्होंने साथियों ने। हाँ जी बोलो जी। हाँ जी, एक तो बर्फ आइस बॉक्स ले लिया, ओके, कच के गिलास ले ले, एक हाथ वाली मशीन ले ली, एक उधरों आप सजाता की वो ले ली ना मिक्सी ग्राइंडर जूसर सारा। सारा समान सारी टीम आई है सारी नाल प्रवान जी रेट तय कर रहे ने आप देखते हैं लेट्स सी की बनता है। वीर का समान असी जगतार का खरीद लिया तो असी चलने हूँ जगतार भाई के पिंड पहुँच तुर लगे हाँ। मरेकोले मंडी चो निकल चले हैं भाई जगतार ने सारे ही फ्रूट खरीद ले महंगे असी जा रहे हैं भाई जगतार दे जूस कॉर्नर का लैके टेंपू के अगे तो अगे साढ़े वीर जसवंत भलवान जी जगतार नूं इह गल दा पता नहीं। ਬਾਈ ਉਹਨੂੰ ਪਤਾ ਨਹੀਂ ਹੈਗਾ ਇਸ ਗੱਲ ਦਾ ਨਾਲੇ ਹੁਣ ਆਪਾਂ ਉਹਨੂੰ ਘਰੋਂ ਲੈ ਇੱਕ ਸਰਪ੍ਰਾਈਜ਼ ਹੀ ਹੋ ਜੂਗੀ ਯਾਰ ਸਰਪ੍ਰਾਈਜ਼ ਹਾਂ ਹੁਣ ਆਪਾਂ ਘਰੋਂ ਲੈ ਕੇ ਆਉਣਾ ਬਾਈ ਉਹਨੂੰ ਜਾ ਕੇ ਬਾਈ ਇਹ ਸਰਵਾਦਾ ਭਲਾ ਟੀਮ ਟਰੱਸਟ ਇਟਲੀ ਜੋ ਇਹ ਇੱਕ ਹਫ਼ਤੇ ਬਾਅਦ ਅਸੀਂ ਅੱਜ ਆਏ ਹਾਂ ਇੱਥੇ ਅਤੇ ਇੱਕ ਹਫ਼ਤੇ ਪਹਿਲਾਂ ਉਹ ਬੰਦਾ ਜਿਹੜਾ ਜਗਤਾਰ ਆ ਅਤੇ ਉਹਦਾ ਜੂਸ ਦਾ ਕੰਮ ਖੋਲ੍ਹ ਕੇ ਦਿੱਤਾ ਉਹਨੂੰ ਪਤਾ ਵੀ ਨਹੀਂ ਸੀ ਘਰ ਉਹਨੂੰ ਲੈ ਕੇ ਆਉਣਾ ਬੰਦੇ ਨੂੰ ਅਤੇ ਉਹਨੂੰ ਸਰਪ੍ਰਾਈਜ਼ ਇੱਕ ਤਰ੍ਹਾਂ ਦਾ ਤੋ ਇਹ ਜਾਣੀ ਛੋਟੇ ਛੋਟੇ ਕੰਮ ਨੇ ਜਿਹੜੇ ਪੈਸੇ ਦੇਣ ਨਾਲੋਂ ਕੋਈ ਬੰਦੇ ਦਾ ਰੁਜ਼ਗਾਰ ਚੱਲ ਪਏ ਕਿਉਂਕਿ ਉਹਦੀ ਲੱਤ ਵੱਢੀ ਜਾਣ ਕਰਕੇ ਉਹਦਾ ਵਿਚਾਰੇ ਦਾ ਇਹ ਰੁਜ਼ਗਾਰ ਜੂਸ ਦਾ ਕੰਮ ਸ਼ੁਰੂ ਹੋ ਜੂ। ਲੋਕੇਸ਼ਨ ਬਹੁਤ ਵਧੀਆ ਗੀ ਅਤੇ ਬਾਈ ਸਾਡੇ ਨਾਲ ਲੈ ਕੇ ਆਇਆ ਟੈਂਪੂ ਛਡਾਉਣ ਅਤੇ ਲੋਕੇਸ਼ਨ ਬਹੁਤ ਸੋਹਣੀ। ਹਾਂਜੀ ਬਸ ਹੁਣ ਸਾਨੂੰ ਇਹੀ ਸੋਚਦੇ ਵੀ ਇਹ ਕੰਮ ਬੰਦਾ ਆਪਦਾ ਕੰਮ ਵਧਾਵੇ ਅਤੇ ਇਹ ਜਿਹੜਾ ਮੋਟਿਵ ਹੈ ਇੱਕ ਸਾਡਾ ਵੀ
ਉਹ ਬੰਨੂ ਉਤਸ਼ਾਹਿਤ ਕੀਤਾ ਜਾਂਦਾ। ਸੋ ਇਹ ਜਾਣੀ ਦੀ ਇੱਕ ਜਾਣੀ ਬਹੁਤ ਵਧੀਆ ਉਪਰਾਲਾ ਗਾ ਵੀਰਾਂ ਦਾ ਵੀ ਆਪਾਂ ਕਿਸੇ ਬੰਦੇ ਨੂੰ ਮੋਟੀਵੇਟ ਕਰ ਸਕੀਏ। ਅਤੇ ਸੁਜਾਤਾ ਦਾ ਯੂਸਰ ਬਹੁਤ ਵਧੀਆ ਅਤੇ ਇਹ ਆਈਸ ਬੋਕਸ ਅਤੇ ਨਾਲ ਹੱਥ ਵਾਲੀ ਮਸ਼ੀਨ ਸਾਰਾ ਲੈ ਕੇ ਆਇਆ ਜਾਣੀ ਸਰਪ੍ਰਾਈਜ਼ ਅੱਜ ਇਹ ਹੈ ਉਹਦਾ ਘਰ ਉਹ ਉੱਥੇ ਆ ਬੰਦੇ ਦਾ ਪਿੰਡ ਜਾ ਕੇ ਸੋ ਇਹ ਜਿਹੜਾ ਸਾਡਾ ਹੁਣ ਟੀਮ ਦਾ ਹੈਗਾ ਸਾਰੀ ਵਰਿੰਦਰ ਸਾਧੂ ਜਸਵੰਤ ਸਿੰਘ ਸੋ ਸਾਰੇ ਇਹ ਵੀਰ ਨੇ ਉਪਰਾਲਾ ਕੀਤਾ ਅਤੇ ਸਾਡੀ ਸਹਾਇਤਾ ਕੀਤੀ ਟੀਮ ਦੇ ਨਾਲ। ਇੱਕ ਹਫ਼ਤੇ ਪਹਿਲਾਂ ਅਸੀਂ ਇੱਥੇ ਆਏ ਸੀਗੇ ਲੋਕੇਸ਼ਨ ਦੇ ਕੇ ਤੋਂ ਅੱਜ ਇੱਥੇ ਜਿਹੜਾ ਇਹ ਜੂਸ ਕਾਰਨਰ ਬਣ ਚੁੱਕਿਆ ਪਿੰਡ ਕਿਲ੍ਹਾ ਹਕੀਮਾ। ਸੋ ਇਹ ਜਿਹੜਾ ਮਤਲਬ ਨਹਿਰ ਦਾ ਭੋਲਾ ਧੰਦੀਵਾਲ ਦੇ ਨੇੜੇ। ਸੋ ਸਾਰੀ ਸੰਗਤ ਜਿਹੜੀ ਇੱਧਰਲੀ ਆ ਕਿਲ੍ਹਾ ਹਕੀਮਾ ਕਾਤਰੋਂ ਸ਼ੇਰਪੁਰ ਦੀ ਹਾਂ ਅਤੇ ਵੀ ਇੱਥੇ ਆ ਕੇ ਵੀਰ ਦੇ ਜੂਸ ਕੋਰਨ ਦੇ ਜਗਤਾਰ ਦੇ ਆਇਆ ਕਰੋ। ਸੋ ਇਹ ਵੀਰ ਦੀ ਲੱਤ ਕੱਟੀ ਜਾਣ ਕਰਕੇ ਇਹਦਾ ਕੰਮ ਜਿਹੜਾ 2 ਸਾਲ ਤੋਂ ਬੰਦ ਸੀਗਾ। ਤੋ ਸੰਗਤ ਨੇ ਸੋਚਿਆ ਕੋਈ ਵੀ ਪੈਸੇ ਦੇਣ ਨਾਲੋਂ ਵੀ ਇਹੋ ਜਿਹਾ ਕੰਮ ਕੀਤਾ ਜਾਵੇ ਜੋ ਉਹਦਾ ਕੰਮ ਚੱਲ ਸਕੇ। ਸੋ ਅਸੀਂ ਇਹ ਇੰਸਟਾਲ ਕਰ ਰਹੇ ਹਾਂ ਹੁਣ ਅਸੀਂ ਜਿਹੜੀ ਅਗਲੀ ਕਾਰਵਾਈ ਆ ਉਹਨੂੰ ਲਿਆ ਕੇ ਉਹਨੂੰ ਸਰਪ੍ਰਾਈਜ਼ ਦੇਣਾ ਉਹਦੇ ਚਿਹਰੇ 'ਤੇ ਖੁਸ਼ੀ ਦੇਖਣੀ ਚਾਹੁੰਦੇ ਹਾਂਗੇ। ਆਪਾਂ ਪਹੁੰਚ ਗਏ ਕਿਲ੍ਹਾ ਹਕੀਮਾ ਜਗਤਾਰ ਦੇ ਘਰ ਚੱਲੇ ਹਾਂ ਅਤੇ ਭਾਈ ਜਗਤਾਰ ਦੇ ਘਰ ਚੱਲੇ ਹਾਂ ਜੀ ਕਿਲ੍ਹਾ ਹਕੀਮਾ। ਹਾਂ ਅਤੇ ਹੁਣ ਉਹਨੂੰ ਪਤਾ ਹੈ ਨੀਗਾ ਵੀ ਮੇਰਾ ਜੂਸ ਕਾਰਨਰ ਇੰਸਟਾਲ ਹੋ ਗਿਆ। ਹਾਂ ਆਪਾਂ ਇਹ ਬੰਦੇ ਨੂੰ ਵੀ ਬਾਈ ਸੈਟ ਕਰ। ਹਾਂ ਦੱਸਣਾ ਕੁਝ ਨਹੀਂ ਹਜੇ ਵੀ। ਬਿਲਕੁਲ ਬਿਲਕੁਲ ਆਪਾਂ ਸਰਪ੍ਰਾਈਜ਼ ਦੇਣਾ ਉਹਨੂੰ। ਸਰਪ੍ਰਾਈਜ਼ ਦੇਣਾ ਅਤੇ ਦੇਖੋ ਉਹਦੇ ਘਰ ਜਾ ਰਹੇ ਅੱਗੇ ਮਾਤਾ ਜੀ ਨੇ ਅੱਗੇ ਜਗਤਾਰ ਦੇ ਗੁਆਂਢੀਆਂ ਦੇ ਵਿਆਹ ਦਾ ਪ੍ਰੋਗਰਾਮ ਵੀ ਆ ਦੇਖਦੇ ਹਾਂ ਕੀ ਰਿਐਕਟ ਕਰਦਾ। ਕੀ ਹਾਲ ਆ ਵੀਰ ਦਾ ਜਗਤਾਰ ਕਿਵੇਂ ਆ? ਠੀਕ ਠਾਕ। ਅਸੀਂ ਪਹੁੰਚ ਗਏ ਬਾਈ ਜਗਤਾਰ ਕੋਲ। ਬਾਈ ਖਾਲਸਾ ਫਤਿਹ ਜੀ। ਸੋ ਸਾਡੀ ਸਾਰੀ ਟੀਮ ਆ ਜਿਹੜੀ ਸਵਾਦਾ ਭੁਲਾ ਟਰੱਸਟ ਟਰੱਸਟ ਇਡਲੀ ਸੋ ਇੱਥੇ ਪਹੁੰਚਿਆ ਥੋੜ੍ਹੇ ਦਿਨ ਪਹਿਲਾਂ ਇੱਕ ਹਫ਼ਤਾ ਪਹਿਲਾਂ ਜਾਣੀ ਦੀ ਜਗਤਾਰ ਸਿੰਘ ਜੋ ਕਿਲ੍ਹਾ ਹਕੀਮਾ ਪਿੰਡ ਆ ਉਹਦੀ ਲੱਤ ਕੱਟੀ ਜਾਣ ਕਰਕੇ ਨਾ ਅਤੇ ਇੱਕ ਹਫ਼ਤਾ ਪਹਿਲਾਂ ਅਸੀਂ ਆਏ ਸੀ। ਸੋ ਅਸੀਂ ਉਹਨਾਂ ਦੀ ਜਿਹੜੀ ਮਤਲਬ ਗੱਲਾਂ ਬਾਤਾਂ ਤੁਹਾਨੂੰ ਪਤਾ ਲੱਗੇ ਕੰਮ ਕੋਈ ਚਲਾ ਸਕੀਏ। ਸੋ ਅਸੀਂ ਟੀਮ ਨੇ ਡਿਸਾਈਡ ਕੀਤਾ ਕਿ ਆਪਾਂ ਜੂਸ ਕਾਰਨਰ ਖੋਲ੍ਹ ਸਕੀਏ ਉਹਦਾ। ਸੋ ਅਸੀਂ ਅੱਜ ਜੂਸ ਕਾਰਨਰ ਇੰਸਟਾਲ ਹੋ ਚੁੱਕਿਆ ਸਮਾਨ ਅਤੇ ਉਹਦੀ ਫੈਮਿਲੀ ਆ ਜੋ ਆਪਾਂ ਨਾਲ ਵਿਊ ਲੈਂਦੇ ਹਾਂ ਸਾਰਿਆਂ ਦੇ ਇਹ ਬਾਈ ਕੁਲਦੀਪ ਸਿੰਘ ਆ ਪਿੰਡ ਬਟੂਆ ਸਰਪੰਚ। ਸੋ ਸਾਰੇ ਪਿੰਡ ਦੀ ਇਹਨਾਂ ਨੂੰ ਸਪੋਰਟ ਆ ਅਤੇ ਇਹਨਾਂ ਦੀ ਫੈਮਿਲੀ ਸਾਡੇ ਨਾਲ ਆ ਜਗਤਾਰ ਦੀ। ਸੋ ਵਾਈਫ ਬੱਚੇ ਆ ਉਹਨਾਂ ਦੇ ਬਾਪੂ ਜੀ ਆ ਅਤੇ ਪਿੰਡ ਦੇ ਲੋਕ ਨੇ ਸਾਰੇ ਸੱਜਣ। ਸੋ ਇਸ ਇਲਾਕੇ ਵਿੱਚ ਕਾਤਰੋਂ ਸ਼ੇਰਪੁਰ ਦਾ ਜਿਹੜਾ ਏਰੀਆ ਗਾ ਕੋਈ ਵੀ ਵੀਰ ਇਸ ਜੂਸ ਕਾਰਨਰ ਦੇ ਉੱਤੇ ਖੜ ਕੇ ਜਾਵੇ ਸਰਬੱਤ ਭਲਾ ਟਰੱਸਟ ਇਡਲੀ ਵੱਲੋਂ ਜੋ ਸਹਾਇਤਾ ਸੰਗਤ ਦੇ ਨਾਲ ਦਿੱਤੀ ਗਈ ਆ। ਸੋ ਅੱਜ ਅਸੀਂ ਆਏ ਹਾਂ। ਸੋ ਅੱਜ ਸਾਰਾ ਕੁਝ ਇੰਸਟਾਲ ਹੋ ਗਿਆ ਜੀ। ਕਿਵੇਂ ਬਾਈਆਂ ਦਾ ਰੇੜੀ ਚ ਇਹ ਬਹੁਤ ਵਧੀਆ ਲੱਗਿਆ ਵੀਰ ਜੀ। ਇਹੋ ਜਿਹੇ ਉਪਰਾਲੇ ਹੁੰਦੇ ਰਹਿਣ ਵੀਰ ਦੀ ਸਹਾਇਤਾ ਹੁੰਦੀ ਰਹੇ ਕਿਉਂਕਿ ਇੱਕ ਪਾਠ ਹੋ ਗਿਆ। ਬਹੁਤ ਬੰਦਾ ਮਿਹਨਤੀ ਸੀਗਾ ਰੰਗ ਦਾ ਬਹੁਤ ਪਾਠ ਸੀਗਾ ਬੰਦਾ ਰੰਗ ਰੋਗਨ ਕਰਦਾ ਸੀਗਾ। ਜਦੋਂ ਕਿ ਇਹਦੀ ਲੱਤ ਕੱਟੀ ਗਈ ਉਦੋਂ ਤੋਂ ਇਹਦੇ ਬੱਚਿਆਂ ਦਾ ਇਹਦਾ ਬਹੁਤ ਜ਼ਿਆਦਾ ਔਖਾ ਹੋ ਗਿਆ ਸੀਗਾ ਗੁਜ਼ਾਰਾ ਹੋਣਾ। ਜਦਕਿ ਤੁਸੀਂ ਨੇ ਇਹੋ ਜਿਹਾ ਉਪਰਾਲਾ ਕੀਤਾ ਵੀਰ ਭੈਣ ਭਾਈਆਂ ਨੇ ਤਾਂ ਆਉਣ ਵਾਲੇ ਵੀਰ ਵੀ ਇੱਥੇ ਖੜ੍ਹ ਕੇ ਇਹਦਾ ਨਾਲ ਦੀ ਨਾਲ ਰੁਜ਼ਗਾਰ ਚੱਲਦੀ ਆ। ਧੰਨਵਾਦ ਆ ਬਾਈ। ਸੋ ਇਹ ਨਾਲ ਸਾਡਾ ਜਗਤਾਰ ਆ ਵੀਰ ਆ ਗਿਆ ਇਹ। ਸੋ ਬਾਈ ਦਾ ਵੀ ਲੈ ਲਿਆ। ਹਾਂਜੀ ਬਾਈ ਅਤੇ ਤੁਸੀਂ ਆਪਾਂ ਦੱਸੋ ਵੀ ਹੁਣ ਤੁਹਾਨੂੰ ਕਿਵੇਂ ਲੱਗਦਾ ਗਾ? ਬਹੁਤ ਵਧੀਆ ਲੱਗਦਾ ਵੀਰ ਜੀ। ਸਾਰੇ ਵੀ ਮੇਰੇ ਵੀਰਾਂ ਦਾ ਧੰਨਵਾਦ। ਆਹ ਬਾਈ ਨੇ ਪਹਿਲਾਂ ਵੀ ਮੇਰਾ ਕੰਮ ਚਲਾਇਆ ਸੀ ਵੀਰ ਨੇ ਮਿਹਨਤ ਕੀਤੀ ਸੀ। ਸਰਬੱਤ ਭਲਾ ਟਰੱਸਟ ਇਡਲੀ ਸਾਰੇ ਮੇਰੇ ਵੀਰਾਂ ਦਾ ਧੰਨਵਾਦ। ਬਹੁਤ ਬਹੁਤ ਧੰਨਵਾਦ ਮੇਰਾ ਜੀ ਨੇ ਕੰਮ ਚਲਾਇਆ। ਹੁਣ ਮਨ ਲਾ ਕੇ ਕੰਮ ਕਰਨਾ, ਮਨ ਲਾ ਕੇ ਤੇ ਆਪਦਾ ਕੰਮ ਵਧਾਉਣਾ ਕਿ ਸਾਰੇ ਇਲਾਕੇ ਨੂੰ ਅਪੀਲ ਕਰ ਦਿਓ ਵੀ ਇੱਥੇ ਖੜੋ ਬਾਈ ਨਹਿਰ ਦੇ ਉੱਤੇ ਜੋ ਵੀ ਇੱਥੇ ਲਾਗੇ ਦਾ ਕਾਤਰੋਂ ਸ਼ੇਰਪੁਰ ਦਾ ਬੰਦਾ ਇੱਥੇ ਖੜੇ ਜੇ ਜੂਸ ਪੀਵੇ ਤੋ ਸਾਰਿਆਂ ਨੂੰ ਵਾਜਬ ਰੇਟ ਵੀਰ ਦੇ ਅਤੇ ਇਹਦਾ ਵੀਰ ਦਾ ਆਪਾਂ ਵੀ ਕੰਮ ਜਿਹੜਾ ਬੱਚੇ ਨੇ ਦੋ ਅਤੇ ਉਹਨਾਂ ਦੀ ਵਾਈਫ ਨੇ ਪਲੀਜ਼ ਤੁਸੀਂ ਵੀ ਇੱਧਰ ਆ ਜਾਓ ਭਾਅ ਜੀ। ਇੱਧਰ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ।
सहयोग देना ती सरपंच साहब ने किला हकीमा ने भगवान सिंह जी भगवान सिंह जी सो सारी टीम सो सारी संगत इतने कट्ठी है जी सो असी अज बहुत धन्यवाद करते हैं सवादा प्लाटा स्टेटली ते साडी सारी टीम भलवान जी वरिंदर ते साधो साडे कैमरामैन सो सरपंच साहब ने वीरा ते पिंड तो हकीमा तो ते इस तरह ने जानी दी सानू कहा कि भी इन्हां दा जिहड़ा लाइट दा वो थोड़ा जिहा सीगा ते ओह करनगे इह सो अपने वल्लों जिही कोशिश कीती आई टीम ने कि बंदे नू मोटीवेट कीता जावे किसे कार्ज लई उत्साहित कीता जावे सो इन्हां दी इच्छा सीगी साजी ओह इच्छा नू देखदे होए इह सारा कुछ हो गया जो फैमिली देखो जी बच्चे उन्हां दा किसी चेहरे से खुशी लेके आनी बहुत वड्डी गल हुंदी आ उहदा काम चल पिया बेचारे दा दो साल तो उहदी लत्त कट्टी जाण करके जगतार दा काम जिहड़ा बिल्कुल रुक गया सीगा सो राइट नाउ इन्हां दा जिहड़ा जूस दा काम शुरू हो चुकिया गा असीं सारिआं नू कहिंदे भी थोड़ा थोड़ा छक ही जायो ते इन्हां नू जिहड़ा भी आपदा माण सत्कार दे के सो इन्हां दा जिन्ने भी कातर सिरपुर की संगत आ उन्हां नू बेनती आ भी इत्थे खड़ो आके नहर दे ते जूस छको सरबादा भला ट्रस्ट इटली वालों सो जगतार वीर का जिहड़ा काम शुरू हो गया हाँ जी सरपंच साहब तुसीं दस्सो जी किवें लगदा तुहानू की कहना चाहोगे ਇਹ ਸਰਵਾਧਾ ਭਲਾ ਟਰੱਸਟ ਜਿਹੜੀ ਹੈ ਆਪਣਾ ਅਸੀਂ ਗੁਰੂ ਨਾਨਕ ਦੇਵ ਨਗਰ ਨਗਰ ਪੰਚਾਇਤ ਪਿੰਡ ਕਿਲਾ ਹਕੀਮਾ ਵੱਲੋਂ ਸਰਵਾਧਾ ਦੇ ਭਲਾ ਇਟਲੀ ਦਾ ਅਸੀਂ ਬਹੁਤ ਧੰਨਵਾਦ ਕਰ ਰਹੇ ਹਾਂ ਕਿਉਂਕਿ ਇਹ ਵੱਡਾ ਇੱਕ ਆਫਾਜ ਜੋ ਮਤਲਬ ਵੀ ਇਹਨੂੰ ਅੱਜ ਰੁਜ਼ਗਾਰ ਦੇ ਤੌਰ 'ਤੇ ਤਾਲੇ ਤਾਂ ਇਹਦਾ ਟਾਈਮ ਲੰਘ ਜਾ ਕਰੂਗਾ ਨਾਲੇ ਇਹਨੂੰ ਇੱਥੇ ਦੋ ਪੈਸੇ ਆਮਦਨ ਹੋ ਜਾ ਕਰੂਗੀ ਅਸੀਂ ਸਾਡੇ ਵੱਲੋਂ ਸਾਡੇ ਸਾਰੇ ਨਗਰ ਵੱਲੋਂ ਇਸ ਟਰੱਸਟ ਦਾ ਬਹੁਤ ਬਹੁਤ ਧੰਨਵਾਦ ਠੀਕ ਹੈ ਥੈਂਕ ਯੂ ਸੋ ਮੱਚ ਜੀ ਸੋ ਰਾਈ ਨਾ ਦਿਖਾਏ ਸਭ ਜਿੰਦਰ ਸੋ ਅੱਜ ਇਹਨਾਂ ਨੇ ਮੀਆਂ ਬੀਬੀ ਆਪਦਾ ਕੰਮ ਇਹਨਾਂ ਨੇ ਸ਼ੁਰੂ ਕਰ ਲਿਆ ਗਾ ਸੋ ਇਹ ਬਹੁਤ ਵਧੀਆ ਉਪਰਾਲਾ ਗਾ ਚਲੋ ਇਹ ਆਪਦਾ ਹੁਣ ਅੱਗੇ ਕੰਮ ਵਧਾਉਣਗੇ ਸੋ ਅਸੀਂ ਲਾਈਟ ਦੀ ਮਸ਼ੀਨ ਵੀ ਸਾਰਾ ਮਿਕਸੀ ਦੇ ਗਿਆ ਨਵੀਂ ਅਤੇ ਇੱਕ ਹੈਂਡ ਵਾਲੀ ਵੀ ਆ ਸੋ ਲਾਈਟ ਦਾ ਪ੍ਰਬੰਧ ਨਾ ਹੋਣ ਕਰਕੇ ਥੋੜ੍ਹਾ ਜਿਹਾ ਇਹ ਹੈਗਾ ਤੋ ਸਾਰਾ ਕੰਮ ਹੌਲੀ ਹੌਲੀ ਆਪਦਾ ਜੋ ਵੀ ਹੈਗਾ ਜੋ ਅਸੀਂ ਲੋੜੀ ਚੀਜ਼ ਆ ਦੇ ਚੁੱਕੇ ਹਾਂ ਸੋ ਇਹ ਆਲਰੇਡੀ ਬਣ ਚੁੱਕਿਆ ਗਾ ਸੋ ਆਪਾਂ ਐਂ ਕਹਿੰਦੇ ਹਾਂ ਵੀ ਨਾ ਵੀ ਜੇ ਕਿਸੇ ਨੇ ਹੈਲਪ ਵੀ ਆਪਾਂ ਕਹਿੰਦੇ ਵੀ ਜਿਹੜਾ ਬੰਦਾ ਕੋਈ ਕੰਮ ਕਰ ਸਕਦਾ ਉਹਦੀ ਹੈਲਪ ਕਰ ਸਕਦੇ ਹਾਂ ਖੁੱਲ੍ਹ ਕੇ ਵੀ ਕੋਈ ਬਿਜ਼ਨਸ ਕਰੀਏ ਆਪਾਂ ਪੈਸਾ ਦੇ ਕੇ ਪੈਸਾ ਚੱਲ ਜਾਂਦਾ ਭਾਈ ਖਾਲਸਾ ਫਤਿਹ ਜੀ ਵਾਹਿਗੁਰੂ ਜੀ